गुरु रूप साध संगत जी सब तो पहला फतेह प्रवान करो, आखो जी वाहेगुरु जी का खालसा वाहेगुरु जी की फतेह। मनुखता नूं प्यार करन वाले वखो वखरे धर्मां दे लोकां दे चरणां च मेरा प्रणाम। मैं तुहाडे नाल बहुता समां तां नहीं तुहाडा लैणा, दो क मिंट ही तुहाडे नाल गल्लां करनी है। हमेशा पेंडू वर्ग दे विच जिहड़े जिमीदार अपने घराने वसदे ने उहनां नूं पता ही नहीं लगदा हुंदा भी सेंटर दीआं एजेंसियां अपने नाल की करदीआं है। मैं अज इक तुहानूं गल दसदा है, एक किलो झोना तैयार करने वास्ते 4500 लीटर पानी लगता है पंजाब दा। पंजाब तो बिना जिन्नियां भी स्टेटां हिंदुस्तान दे विच बाकी ने, चाहे कितों कोड़ा निकलता है, चाहे कितों लोहा निकलता है, चाहे कितों स्टील निकलता है, चाहे कितों होर धातां निकलदियां ने, जदों सेंटर ओह चीज स्टेट तों लैंदा ओहदे बणदे पैसे ओह स्टेट नूं दिंदा है। पर पंजाब जिहदे कोले कुदरती तौर ते पाणी सी, इहदा 70% पाणी सेंटर लै गया ते आपां नूं दित्ता कुछ नहीं। उस तों बिना मेरे वीरो अज पंजाब नूं सिर्फ इको ही चीज बचा सकती है। मैनूं इक गल दसो, जदों इह बिल जिहड़े किसानी बिल आए नहीं सीगे उदों भी किसानां दा बड़ा बुरा हाल सी। 2 किले वाले बंदे नूं 1.5 लाख रुपया बचदा नहीं पूरे साल दे विच। इको इक ऐसी फसल है जिहदे विचों 4 फसलां निकलदियां है, ओह है खसखस बीजण दी फसल। तुसीं खसखस बीजोगे ओहदे विचों पहलां फीम कलैक्ट हुंदी है, फिर ओहदे विचों खसखस कलैक्ट हुंदी है, फिर ओहदे विचों उहदा फल जिहनूं डोडा कहिंदे आ ओह कलैक्ट हुंदा है। उस तों बिना डक्का पट के आपां ग्रैंड करिए ਉਹ ਵੀ 2000 ਰੁਪਏ ਕਿਲੋ ਵਿਕਦਾ ਹੈ। ਇੱਕ ਕਿਸਾਨ ਨੂੰ 1 ਕਿਲੇ ਚੋਂ 4 ਲੱਖ ਦੀ ਆਮਦਨ ਦੀ ਗਰੰਟੀ ਮੈਂ ਲੈਣਾ, 2 ਕਿਲਿਆਂ ਚੋਂ 8 ਲੱਖ ਰੁਪਇਆ ਕਿਸਾਨ ਨੂੰ ਬਚੂਗਾ। ਜੇ ਆਪਾਂ ਅੱਜ ਰਲ ਕੇ ਇਹ ਹੰਭਲਾ ਮਾਰੀਏ, ਸੈਂਟਰ ਦੀ ਸਰਕਾਰ 12 ਤੋਂ 13 ਸਟੇਟਾਂ ਦੇ ਵਿੱਚ ਖਸਖਸ ਦੀ ਖੇਤੀ ਦੀ ਅਨੁਮਤੀ ਦਿੰਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਭ ਤੋਂ ਵੱਧ ਕੱਟੜ ਸਿੱਖ ਹੋਏ ਹੈ। ਆਨੰਦਪੁਰ ਸਾਹਿਬ ਦਾ ਮਤਾ ਪੜ ਲਿਓ, ਉਹਦੇ ਵਿੱਚ 16ਵੀਂ ਮੰਗ ਇਹ ਲਿਖੀ ਹੋਈ ਹੈ ਵੀ ਪੰਜਾਬ ਦੇ ਜਿੰਨੇ ਵੀ ਅਫੀਮ ਤੇ ਭੁੱਕੀ ਦਾ ਸੇਵਨ ਕਰਨ ਵਾਲੇ ਬਜ਼ੁਰਗਾਂ ਦੇ ਲਾਇਸੈਂਸ ਬਣਾਓ। ਉਹਦਾ ਮੇਨ ਮਕਸਦ ਇਹੀ ਸੀਗਾ ਵੀ ਆਉਣ ਵਾਲੀ ਪਨੀਰੀ ਨੂੰ ਚਿੱਟੇ ਦੇ ਰੂਪ ਦੇ ਦੈਂਤ ਤੋਂ, ਕੈਮੀਕਲ ਨਸ਼ਿਆਂ ਤੋਂ ਰੋਕਿਆ ਜਾਵੇ। ਕਿਉਂਕਿ 2 ਤਰ੍ਹਾਂ ਦੇ ਨਸ਼ੇ ਹੁੰਦੇ ਨੇ, ਇੱਕ ਪਰਮਾਤਮਾ ਨੇ ਬਣਾਏ ਧਰਤੀ ਮਾਂ ਦੀ ਕੁੱਖ ਚੋਂ ਪੈਦਾ ਹੋਏ, ਭੰਗ ਦਾ ਬੂਟਾ ਤੇ ਫੀਮ ਦਾ ਬੂਟਾ। ਉਸ ਤੋਂ ਬਿਨਾਂ ਇਨਸਾਨ ਨੇ ਜਿਹੜੀਆਂ ਚੀਜ਼ਾਂ ਬਣਾਈਆਂ, ਸ਼ਰਾਬ, ਸੀਸੀਆਂ, ਚਿੱਟਾ, ਸਮੈਕ, ਗੋਲੀਆਂ, ਇਹ ਸਾਰੀਆਂ ਇਨਸਾਨ ਨੇ ਬਣਾਈਆਂ ਨੇ। ਜਿਹੜੇ ਨਸ਼ੇ ਇਨਸਾਨ ਨੇ ਸ਼ੈਤਾਨੀ ਰੂਪ ਨੇ ਸੋਚ ਕੇ ਇਹ ਨਸ਼ੇ ਬਣਾਏ ਨੇ, ਉਹ ਸਿਹਤ ਲਈ ਹਮੇਸ਼ਾ ਮਾੜੇ ਨੇ। ਜਿਹੜੇ ਕੁਦਰਤੀ ਰਵਾਇਤੀ ਨਸ਼ੇ ਨੇ ਉਹ ਹਮੇਸ਼ਾ ਟੌਨਿਕ ਦਾ ਕੰਮ ਕਰਦੇ ਹੈ। ਇਲੋਨ ਮਸਕ ਦੁਨੀਆ ਦਾ ਸਭ ਤੋਂ ਵੱਡਾ ਵਿਗਿਆਨੀ ਹੈ, ਇਲੋਨ ਮਸਕ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸਮੈਨ ਹੈ, ਦੁਨੀਆ ਦਾ ਸਭ ਤੋਂ ਵੱਧ ਅਮੀਰ ਬੰਦਾ ਹੈ। ਉਹਨੇ ਪਤਾ ਕੀ ਗੱਲ ਕਹੀ ਆ, ਉਹ ਕਹਿੰਦਾ ਅੱਜ ਤੋਂ 50 ਸਾਲਾਂ ਬਾਅਦ ਤੇਲ ਖਤਮ ਹੋਣ ਜਾ ਰਿਹਾ ਹੈ, ਕਾਰਪੋਰੇਟ ਘਰਾਣੇ ਡਿੱਗ ਜਾਣੇ ਹੈ, ਅੰਬਾਨੀ ਹੋਰੀ ਫੇਲ ਹੋ ਜਾਣੇ ਹੈ। ਉਹ ਕਹਿੰਦਾ ਜਿਹੜੀ ਸਟੇਟ ਕੋਲੇ, ਜਿਹੜੇ ਸੂਬੇ ਕੋਲ ਪੀਣ ਯੋਗ ਪਾਣੀ ਹੋਊਗਾ ਉਹ ਦੁਨੀਆ ਤੇ ਰਾਜ ਕਰਨਗੇ। ਪੰਜਾਬ ਵਾਲਿਓ, ਤੁਹਾਨੂੰ ਤਾਂ ਜਾਣਾ ਹੀ ਪਾਣੀ ਦੇ ਨਾਂ ਤੇ ਜਾਂਦਾ। ਇਸ ਕਰਕੇ ਜੇ ਪਾਣੀ ਬਚਾਉਣਾ, ਕਿਸਾਨੀ ਬਚਾਉਣੀ ਹੈ ਤੇ ਜਵਾਨੀ ਬਚਾਉਣੀ ਹੈ ਤਾਂ ਇੱਕੋ ਮੰਗ ਰੱਖੋ, ਖਸਖਸ ਦੀ ਖੇਤੀ ਦੀ। 2 ਕਿਲਿਆਂ ਚ 1 ਕਿਸਾਨ ਨੂੰ 8 ਲੱਖ ਰੁਪਇਆ ਬਚਦਾ, ਕਿਉਂਕਿ ਹਰੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਨਾਲ ਧੋਖਾ ਹੋਇਆ, ਸਾਰੇ ਪਾਸਿਓਂ ਆਪਾਂ ਨੂੰ ਘੇਰਾ ਪਾਇਆ। ਆਜੋ, ਮੈਂ ਤੁਹਾਡਾ ਆਨੰਦ ਨਹੀਂ ਖਰਾਬ ਕਰਨਾ ਚਾਹੁੰਦਾ। ਇਸ ਕਰਕੇ ਬਾਈ, ਜਿੰਨਾ ਕੁ ਮੈਂ ਪੜ੍ਹਾਈ ਕੀਤੀ ਆ, ਮੈਨੂੰ ਉਹਦੇ ਵਿੱਚੋਂ ਇਹੀ ਸਾਹਮਣੇ ਆਇਆ ਵੀ ਜਿਹੜੀਆਂ ਸਰਕਾਰਾਂ ਸੈਂਟਰ ਦੀਆਂ ਉਹਨੇ ਪੰਜਾਬ ਨੂੰ ਕਦੇ ਅਹਿਮੀਅਤ ਦਿੱਤੀ ਹੈ ਨਹੀਂ, ਉਹ ਤਾਂ ਇਸ ਵਾਰ ਕਿਸਾਨੀ ਬਿੱਲਾਂ ਕਰਕੇ ਅਹਿਮੀਅਤ ਦਿੱਤੀ ਹੈ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਵੋਟਾਂ ਪਾਓ, ਅਸੀਂ ਨਹੀਂ ਕਹਿੰਦੇ ਕਿਸੇ ਦੀ ਸਪੋਰਟ ਕਰੋ, ਪਰ ਇੱਕ ਚੀਜ਼ ਦੀ ਮੰਗ ਜ਼ਰੂਰ ਕਰੋ, ਜਿਹੜੇ ਗਰੀਬ ਕਿਸਾਨ ਨੇ ਉਹ 2 ਕਿਲੇ ਖਸਖਸ ਦੀ ਖੇਤੀ ਦੇ ਲੈਣ ਦਾ ਲਾਇਸੈਂਸ ਗੌਰਮੈਂਟ ਦੇਵੇ, 8 ਲੱਖ ਦੀ ਗਰੰਟੀ ਮੈਂ ਦਿੰਦਾ। ਇੱਕ ਗੱਲ ਹੋਰ, ਜੇ ਸੈਂਟਰ ਦੀ ਸਰਕਾਰ ਜੀਵ ਥੱਲੇ ਧਰਨ ਵਾਲੀਆਂ ਗੋਲੀਆਂ ਜਿਹੜੀਆਂ ਕਿ ਫੀਮ ਤੇ ਭੁੱਕੀ ਛੁਡਵਾਉਣ ਵੇਲੇ ਦਿੰਦੇ ਨੇ, ਉਹ ਇੰਨੀ ਖਤਰਨਾਕ ਗੋਲੀ ਹੈ, ਨੌਜਵਾਨ ਜੇਲ੍ਹਾਂ 'ਚ ਕੀ ਕਰਦੇ ਆ। ਮੇਰੇ 2 ਮੁੰਡੇ ਜੇਲ੍ਹ ਜਾ ਕੇ ਆਏ ਆ,
अठवी दे अंदर रह के आया। उन्होंने दसिया कहते बाबा जी दो ही कुट लेंगे ने, उस तो बाद नक् स्निप करते हैं जिम्मे चिट्टे ना होंदा। यह सारिया सेंटर दिया पॉलिसियां सी। इस करके जे जीव थले धरन वाली गोली का 10 लाख कार्ड बन सकता कि साडे बजुर्गों नूं किलो भुक्की हस्पताल दे विच्चों मिल नहीं सकती। जो किलो भुक्की सेंटर सरकार दिंदी है तां मेरे वीरो सेंटर सरकार कोलो पहले 5 सालां दे विच्च किलो दुद्ध देण दी बजाए 50,000 करोड़ रुपया पहले 5 सालां च सरकार कोले पहुंचदा है। क्यों नहीं वह अगे आने देंगे? वह कारण है जो शराब बनती है, शराब की फैक्ट्री च बनती है दसो? लीडर की फैक्ट्री च लीडर पैसे बना, उस तो बाद शराब आती है सरकार के हाथ च, सरकार टैक्स ला के पैसा बना, उस तो बाद शराब आती है ठेकेदार को, ठेकेदार फिर बोतल 280 की बेच के आपते कमा लेता है। पर जेड़ा मजदूर बंदा 350 की दिहाड़ी करके लैके गया सी, उन्हें 280 की बोतल पी ली, घरों जाके घर वाली गुट्टी गुआंढियों नाल लड़ पिया, पुलिस पैसे ले गई, वकील पैसे ले गए, डॉक्टर पैसे ले गए, दसो बंदे दे पल्ले बचिया कुछ? इस करके मेरे वीरो मेरी हथ बन के बेनती है, जे आप हुण ना जागे तो मुड़ के किसी ने 50 साल तक अपनी मंगा नहीं मननिया। जो हुण मंगा मना ने हुण टाइम आ, आओ रल के आप एक मंच ते इकट्ठे होइए 6 तरीक नूं 6 फरवरी दिन आयतवार नूं अनाथ आश्रम खेड़ी जट्टां विखे पंजाब दे सारे बुद्धिजीवी, पंजाब दे सारे जिन्ने भी क्रांतिकारी सूरमे जो पंजाब लई कुछ करना चाहते ने, ओ भाई 6 जनवरी नूं खेड़ी जट्टां पहुंचो, नाले एदां जंग नहीं जित्ती जानी घरों रजाइयां च वड़ के। मैं पहला भी बयान ओपनली दिता सी, मैं कहा सी, मैं कहा जो जंग जितनी है एक कृपान ते एक रेती लेके आ जाओ। मैनू डीसी का फोन आया, कहिंदा बाबा जी की गल बयान क्यों दिता? मैं कहा RSS जिन्होंने संविधानक हक नहीं कृपान चक्कण दा, सानू सिखां नू संविधानक हक है कृपान चक्कण दा, साडे मुंडिआं नू कृपान फड़नी नहीं आउंदी। RSS लखां रोड मार्च करते नंगियां कृपाना लेके, वह नौजवानों पंजाबी जागो, जिन्ना चिर शस्त्रधारी नहीं होंगे। गुरु गोबिंद सिंह महाराज कहिंदा बिना शस्त्रा तो मैं उन्होंने आपका सिंह नहीं मानता, वह तो भेड़ होंगी है। आप शस्त्र चकने आपकी रखिया वास्ते, बाकी भाई तुसी तुहाडी मर्जी है, मेरिया तो वीडियो बन गई है। मैं तो अगले साल आपके 2 बीघे खसखस तो बीजूंगा, जिहड़ी पुलिस की जुर्त चक्के लै जावे। वाहिगुरु जी का खालसा, वाहिगुरु जी की फतह।